ਮੱਛੀ ਮੱਛੀ ਨੂੰ ਪੁੱਛਦੀ ਸਮੁੰਦਰ ਕਿੱਥੇ, ਉਹ ਕਹਿੰਦੀ ਸਮੁੰਦਰ 'ਚ ਹੀ ਤੈਰੀ ਜਾਂਦੀ। ਕਹਿੰਦੀ ਨਹੀਂ, ਮੈਂ ਸੁਣਿਆ ਇੱਥੇ ਬੜੇ ਹੀਰੇ ਮੋਤੀ ਜਵਾਹਰਾਤ ਹੈਗੇ ਆ। ਕਹਿੰਦੀ ਹਾਂ, ਉਹ ਲੱਭਣ ਵਾਸਤੇ ਫਿਰ ਡੂੰਘਾ ਜਾਣਾ ਪੈਣਾ ਥੱਲੇ ਤੱਟ 'ਤੇ, ਉਹ ਜਾਣ ਨੂੰ ਕੋਈ ਤਿਆਰ ਨਹੀਂ। ਜੋ ਕੁਛ ਹੋ ਰਿਹਾ ਸਰ ਰੱਬ ਦੇ ਹੁਕਮ ਨਾਲ ਹੋ ਰਿਹਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾ ਤੁਸੀਂ ਕਰ ਰਹੇ ਹੋ, ਨਾ ਸਮਾਜ ਕਰ ਰਿਹਾ, ਨਾ ਮੈਂ ਕਰ ਰਿਹਾ, ਮੇਰੇ ਵੀਰ ਪਿਆਰੇ, ਇਹ ਜੋ ਕਰ ਰਿਹਾ ਉਹੀ ਕਰ ਰਿਹਾ, ਅਤੇ ਉਹਦੀ ਖੇਡ ਉਹੀ ਜਾਣੇ। ਬੜੇ ਬੜੇ ਗਿਆਨੀ ਧਿਆਨੀ ਬਾਬੇ ਜੋ ਵੀ ਤੁਸੀਂ ਕਹਿੰਦੇ ਹੋ, ਮੇਰੇ ਨਾਲ ਵਾਰਤਾਲਾਪ ਨਹੀਂ ਕਰਦੇ, ਪਤਾ ਨਹੀਂ ਕਿਉਂ। ਮੈਂ ਕਈ ਵਾਰੀ ਕਿਹਾ, ਮੈਂ ਕਿਹਾ ਸਾਰੇ ਇਕੱਠੇ ਹੋ ਕੇ ਆਓ, ਆਪਾਂ ਬੈਠੀਏ ਪ੍ਰੈਸ ਦੇ ਨਾਲ ਅਤੇ ਵਾਰਤਾਲਾਪ ਕਰ ਲਈਏ। ਉਹ ਕਹਿੰਦੇ ਨੇ ਬਾਈ ਤੇਰਾ ਕੋਈ ਪਤਾ ਨਹੀਂ, ਕਹਿੰਦੇ ਸਾਡੇ ਚਾਂਡਰਾ ਮਾਰ ਦਿਓ। ਮੈਂ ਕਹਿੰਦਾ ਨਹੀਂ, ਇੱਦੀ ਗੱਲ ਨਹੀਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਕੌਣ ਹੋ, ਤੁਹਾਡੇ ਡੇਰੇ ਖੋਲ੍ਹ ਰੱਖੇ ਆ ਨਾ, ਅਤੇ ਜੇ ਲੋਕਾਂ ਨਾਲ ਮੈਂ ਤੁਹਾਨੂੰ ਗੱਲ ਸੁਣਨ ਦਾ ਹਾਲ ਕੀ ਹੈ। ਹੁਣ ਤੁਸੀਂ ਗੱਲ ਛੇੜ ਲਈ ਤਾਂ ਮੈਨੂੰ ਫੜਿਆ ਨਹੀਂ ਜਾਂਦਾ। ਇੱਕ ਨਾ ਬਾਬਾ ਬੈਠਾ ਸੀ, ਬਾਈ ਜੀ ਬਾਬਾ ਬੈਠਾ ਅਤੇ ਦੁਨੀਆ ਨਾਲ ਖੜੀ, ਬ੍ਰਹਮੰਡ ਮੈਂ ਐਸਾ ਹੋ ਰਿਹਾ ਹੈ, ਅਬ ਪ੍ਰਭੂ ਇਧਰ ਜਾ ਰਹੇ ਹੈ, ਉੱਥੋਂ ਫਲਾਨਾ ਆ ਰਿਹਾ ਹੈ, ਹੁਣ ਮੱਥਾ ਟਿਕਿਆ ਹੈ, ਹੁਣ ਐ ਹੋਇਆ ਹੈ, ਹੁਣ ਤੁਹਾਡੇ ਕਦਮਾਂ 'ਚ ਆ ਰਿਹਾ ਹੈ। ਜੋ ਜਹਾਨ ਦਾ ਰੌਲਾ ਪਾਇਆ ਅਤੇ ਉੱਥੇ ਉਹਦੇ ਓਡਾ ਵੱਡਾ ਰੱਖਿਆ ਡੌਲੂ, ਉਹਦੇ ਵਿੱਚ ਡਾਲਰ, ਉਹ 'ਚ ਪੈਸੇ, ਉਹ 'ਚ ਚੱਲਣ ਦੇ, ਉਹ ਭਰ ਗਿਆ ਅਤੇ ਅੱਖ ਐਂ ਦੇਖ ਵੀ ਰਿਹਾ ਕਰੇ ਅਤੇ ਫਿਰ ਲੱਗ ਪਿਆ ਕਰੇ, ਅਤੇ ਗੁਰੂ ਨਾਨਕ ਦੇਵ ਜੀ ਲੰਘੇ ਜਾਂਦੇ ਸੀ ਕੋਲ, ਤਾਂ ਅੱਖ ਮੀਚੀ ਹੋਣੇ ਇਹ ਹੈ ਪ੍ਰਭੂ ਆਪਸੇ ਕਹਿ ਰਹੇ ਹੈ ਕਿ ਬੱਚਾ, ਉਹ ਫਲਾਨਾ ਜੋ ਵੀ ਬੋਲਦੇ ਨੇ, ਉਹ ਐਂ ਕਹਿ ਰਿਹਾ ਬਤੇਰੇ ਸੱਤੋਂ ਪੁੱਛਦੇ ਤਾਂ ਬਾਪੂ ਭੁੱਖਾ ਪਿਆ, ਉਹ ਜੰਗਲ 'ਚ ਸ਼ੇਰ ਬਣਿਆ ਜਾ, ਪੁੱਤ ਰੋਟੀ ਖਵਾਇਆ ਜੀ, ਗੱਲਾਂ ਕਰਦੇ। ਬਾਬਾ ਜੀ ਨੇ ਉਹ ਚੱਕਿਆ, ਉਹਦਾ ਡੋਲੂ ਤੇ ਪਿੱਛੇ ਰੱਖਤਾ ਤੇ ਇੱਕਦਮ ਅੱਖ ਖੋਲੀ, ਕਹਾਂ ਗਿਆ, ਕਹਾਂ ਗਿਆ, ਉਹ ਪੈਸੇ ਕਿੱਥੇ ਗਏ, ਫਲਾਨਾ ਕਿੱਥੇ ਗਿਆ। ਬਾਬਾ ਜੀ ਕਹਿੰਦੇ, ਊਂ ਤਾਂ ਤੂੰ ਉੱਪਰ ਮੰਡਾ ਖੰਡਾਂ ਦੀਆਂ ਗੱਲਾਂ ਸੁਣਾਉਣਾ ਤੇ ਤੈਨੂੰ ਇਹ ਨਹੀਂ ਪਤਾ ਤੇਰਾ ਪੀਪਾ ਕਿੱਥੇ ਪਿਆ। ਮੇਰੀ ਗੱਲ ਤੁਹਾਨੂੰ ਸ਼ਾਇਦ ਸਮਝ ਆ ਗਈ ਹੋਵੇ, ਸਾਡਾ ਇਹ ਹਾਲ ਹੈ ਜੀ। ਪਰ ਗੱਲ ਇਹ ਹੈ ਕਿ ਝੂਠ ਦਾ ਭੰਡਾਰ ਜਿੰਨਾ ਮਰਜ਼ੀ ਕੁੱਟੀ ਜਾਓ, ਸਾਡੇ ਵਾਲੇ ਵੀ ਕਮਲਾਂ ਦਾ ਘਾਟਾ ਨਹੀਂ। ਬਾਬਾ ਜੀ ਮੇਰਾ ਘਰ ਵਾਲਾ ਨਾ ਮੈਨੂੰ ਪਿਆਰ ਨਹੀਂ ਕਰਦਾ, ਕੁਛ ਕਰੋ। ਬਾਬਾ ਆ ਭਾਗਾ ਬੰਨ ਕੇ, ਬੱਚਾ ਆ ਜਾਏਗਾ ਤੁਹਾਰੇ ਕਾਬੂ। ਬਾਬਾ ਜੀ ਮੇਰਾ ਮੁੰਡਾ ਨਾ ਮੇਰਾ ਕਹਿਣਾ ਨਹੀਂ ਮੰਨਦਾ। ਬਾਬਾ ਜੀ ਮੇਰਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ, ਮੇਰੇ ਸਿਦਾਰਾ ਕਰਦੇ। ਉਹ ਕਹਿੰਦੇ ਕਰ ਲਈ ਬਾਬਾ ਚਾ, ਸਾਲੇ ਬਾਬੇ ਦੇ ਘਰੇ ਆਪ ਅੱਗ ਲੱਗੀ ਹੈ, ਛਿੱਤਰੋ ਛਿੱਤਰੀ ਉਹ ਹੁੰਦਾ, ਰੋਜ਼ ਜਨਾਨੀ ਰੋਜ਼ ਉਹਨੂੰ ਕੁੱਟਦੀ ਹੈ, ਭੱਜਿਆ ਫਿਰਦਾ ਹੈ, ਕਦੇ ਕਿਤੇ 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 ਤੇ ਬਾਬਾ ਪ੍ਰਵਚਨ ਕਰਕੇ ਦੱਸ ਰਿਹਾ ਹੈ। ਆਹ ਤਾਂ ਸਾਡਾ ਹਾਲ ਹੈ ਸਾਰਿਆਂ ਦਾ, ਡੇਰਿਆਂ ਤੇ ਜਾਓ ਮੱਥਾ ਟੇਕੋ। ਮੈਂ ਤਾਂ ਆਪ ਬਾਬਾ ਬਣ ਨੂੰ ਕਹਿੰਦਾ, ਮੈਂ ਬਾਈ ਜੀ ਨੂੰ ਆਖਿਆ ਜਰਨੈਲ ਭਾਜੀ ਨੂੰ ਆਸਟ੍ਰੇਲੀਆ, ਮੈਂ ਕਿਹਾ 100 ਕਿੱਲਾ ਲੈ ਕੇ ਬਾਬਾ ਨਾ ਬਣ ਜਾਈਏ ਜੀ, ਕਿਆ ਬਾਤ ਹੈ, ਉੱਥੇ ਹੀ ਟਿਕਣਾ 10 ਬੰਦਿਆਂ ਨੇ, ਸਾਰਾ ਜਗਤ ਵਾਲਾ ਤੁਰੂਗਾ। ਆਹ ਹਾਲ ਹੈ ਸਾਡਾ, ਕੀ ਕਰੀਏ। ਤੇ ਉਹ ਦੇਖ ਰਿਹਾ, ਉਹ ਫਿਰ ਚਰਖੜ ਤੇ ਚੜਾਉਂਦਾ ਲੰਬੀ, ਇਹ ਵੀ ਸੁਣ ਲਿਓ। ਬਿਲਕੁਲ, ਅੱਛਾ ਹੁਣ ਹੁੰਦਾ ਕੀ ਹੈ, ਇਹੋ ਜਿਹੀਆਂ ਰੂਹਾਂ ਜਾਂਦੀਆਂ ਦਰਗਾਹ 'ਚ, ਉੱਥੇ ਫਿਰ ਬੈਠਾ ਹੁੰਦਾ ਇੱਕ ਬਾਬਾ ਡੰਗ ਲੈ ਕੇ, ਆਹ ਹੀ ਕਹਿੰਦਾ ਮੈਂ ਮਾੜਾ ਅੱਗੇ ਨੂੰ ਗੱਲ ਸੁਣਾਉਣੀ ਬਹੁਤ ਜ਼ਰੂਰੀ ਹੈ। ਉਹ ਕਹਿੰਦਾ ਵੀ ਰੂਹ ਹੈ ਨਾ ਇਹਦੀ, ਅੱਗ 'ਚ ਪਾ। ਉਹ ਅੱਗ 'ਚ ਪਾਉਂਦੇ ਤੇ ਜੀ ਬਾਬਾ ਰਾਤ ਨੂੰ ਸੜਦਾ, ਹਾਏ ਮਰ ਗਿਆ, ਹਾਏ ਲੁੱਟ ਗਿਆ, ਕਹਿੰਦਾ ਬੋਲੀ ਜਾਣਦੇ ਇਹਨੂੰ, ਲਾਲਾ ਲਾਲਾ ਹੁੰਦੀ ਹੈ, ਸਵੇਰ ਹੋ ਜਾਂਦੀ, ਸੂਰਜ ਚੜ੍ਹਦਾ, ਕਹਿੰਦਾ ਝਾੜ ਇਹਨੂੰ, ਝਾੜ ਕੇ ਬਰਫ਼ ਦੀ ਸਿੱਲੀ 'ਤੇ ਪਾ, ਬਰਫ਼ ਦੀ ਸਿੱਲੀ 'ਤੇ ਪਾਉਂਦਾ, ਉਹ ਮਰਦਾ, ਹਾਏ ਬਾਪੂ ਮਰ ਗਿਆ। 24 ਘੰਟੇ ਰੂਹ ਕਰ ਲਾਉਂਦੀ ਹੈ, ਰਾਤ ਨੂੰ ਝਾੜ ਕੇ ਫਿਰ ਅੱਗ 'ਚ ਪਾ ਦਿੰਦਾ, ਹਜ਼ਾਰਾਂ ਅਰਬਾਂ ਸਾਲ। ਹੁਣ ਤੁਸੀਂ ਦੇਖ ਲਓ ਵੀ ਉਹ ਰੂਹ ਬਣਨਾ ਜਾਂ ਉਹ ਰੂਹ ਬਣਨਾ ਜਿੱਥੇ ਮਹਾਰਾਜ ਕਹੇ ਆ ਸ਼ਾਬਾਸ਼ ਪੁੱਤਰਾ,
ਤੈਨੂੰ ਭੇਜਿਆ ਸੀ ਬੰਦਾ ਬਣਾ ਕੇ, ਤੂੰ ਬਹੁਤ ਚੰਗੇ ਕੰਮ ਕਰਨਾ ਹੈ। ਬਸ ਮੈਂ ਇਹੀ ਕਹਿਣਾ ਸੀ, ਇਹ ਤੁਸੀਂ ਆਪਣੇ ਆਪ ਨੂੰ ਪੁੱਛ ਲਓ ਸਾਰੇ। ਮੇਰੇ ਕਾਗਰੀ ਤੁਹਾਡੀਆਂ ਗੱਲਾਂ ਬੜੀਆਂ ਬਹੁਤ ਮਤਲਬ ਬਹੁਤ ਹਾਈ ਐਂਡ ਚੱਲ ਜਾਂਦੀਆਂ ਨੇ, ਅੱਛੀ ਗੱਲ ਹੈ। ਅੱਛਾ ਇੱਕ ਹੋਰ ਵੀ ਗੱਲ ਹੈ, ਮੈਂ ਇੱਕ ਚੀਜ਼ ਮੰਨਦਾ ਜੀ ਵੀ ਸਾਡੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਵੀ ਡਾਕਟਰਾਂ ਦੀ ਹੁਣ ਲੋੜ ਨਹੀਂ ਹੈਗੀ, ਨਾ ਮੈਡੀਕਲ ਕਾਲਜਾਂ ਦੀ ਲੋੜ ਹੈ, ਨਾ ਹਸਪਤਾਲਾਂ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਡੇਰੇ ਇਹੋ ਜਿਹੇ ਜਿੱਥੇ ਮਰੇ ਹੋਏ ਛੂਹ ਕਰਕੇ ਜਿਉਂਦੇ ਕਰ ਰਹੇ ਨੇ, ਕੈਂਸਰ ਦੀਆਂ ਬਿਮਾਰੀਆਂ, ਕੈਂਸਰ ਦੀਆਂ ਬਿਮਾਰੀਆਂ ਵੀ ਭੱਜ ਰਹੀਆਂ ਨੇ, ਅਧਰੰਗ ਵੀ ਟੁੱਟੀਆਂ ਬਾਹਾਂ ਵੀ ਠੀਕ ਹੋ ਰਹੀਆਂ ਨੇ, ਤੇ ਮੈਨੂੰ ਇਹ ਲੱਗਦਾ ਵੀ ਹਿੰਦੁਸਤਾਨ 'ਚ ਸ਼ਾਇਦ ਹੁਣ ਡਾਕਟਰਾਂ ਦੀ ਲੋੜ ਨਹੀਂ ਹੈਗੀ। ਤੁਹਾਡਾ ਕੀ ਮੰਨਣਾ? ਮੇਰਾ ਖਿਆਲ ਜੀ ਡਾਕਟਰਾਂ ਦੀ ਲੋੜ ਵੀ ਰਹਿਣੀ, ਇੰਜੀਨੀਅਰਾਂ ਦੀ ਲੋੜ ਹੀ ਰਹਿਣੀ, ਪਰ ਬਾਬੇ ਨੇ ਛੂਹ ਕਰਿਆ ਕਰਨਾ ਤੇ ਬਣ ਜਾ ਕਰਨਗੇ ਬ੍ਰਿਜ, ਛੂਹ ਕਰਿਆ ਕਰਨਾ ਸਭ ਕੁਝ ਹੋ ਜੂਗਾ। ਪਰ ਮੈਂ ਹੱਡ ਬੀਤੀ ਸਲਾਹ ਦਿੰਦਾ, ਤੇ ਸਾਡੇ ਕਾਕਾ ਜੀ ਯੁਵਰਾਜ ਸਿੰਘ ਜੀ ਜਾ ਕੇ ਦੇ ਬਾਬੇ ਨੂੰ ਮੱਥਾ ਟੇਕ ਦੇ, ਫਲਾਨਾ ਬਾਬਾ ਕਹਿੰਦਾ ਗੱਲ ਹੀ ਕੋਈ ਨਹੀਂ, ਇਸ ਦਾ ਕੈਂਸਰ ਠੀਕ ਹੋ ਜਾਏਗਾ, ਇੱਥੋਂ ਪਤਾ ਨਹੀਂ ਕੀ ਕਰੀ ਜਾਂਦਾ ਸੀ। ਅਤੇ ਮੈਨੂੰ ਕਿਹੜੇ ਕੰਮ 'ਚ ਪੈ ਗਏ ਹੈ, ਅਤੇ ਮੁੜ ਕੇ ਫਿਰ ਮੈਂ ਪੰਜਾਬੀ 'ਚ ਫੋਨ ਕੀਤਾ, ਮੈਂ ਕਿਹਾ ਸੂਤ ਹੋਣਾ ਕਿ ਜੁੱਤੀਆਂ ਖਾਣੀਆਂ, ਕੀ ਕਰਨਾ ਕਿ ਬਾਬਾ ਕੁੱਟਾਂ? ਮੈਂ ਕਿਹਾ ਇਹਨੂੰ, ਮੈਂ ਕਿਹਾ ਬਾਬੇ ਤੈਨੂੰ ਮੈਂ ਘੜੀਸ ਕੇ ਪੁੱਠਾ ਕਰਕੇ ਸਾਰਾ ਟੰਗ ਦੇਣਾ ਅਤੇ ਗੋਲੀਆਂ ਤੇ ਮੈਂ ਸਿਰ 'ਚ ਮਾਰੂੰਗਾ, ਯਾਦ ਰੱਖੀ। ਜੱਜ ਨੂੰ ਕਹਿੰਦਾ ਕਹਿੰਦੇ ਉਹਨੇ ਹੀ ਬੁਲਟ ਪਰੂਫ ਸ਼ੀਸ਼ਾ ਬਣਾ ਲਿਆ ਆਪਣੇ ਆਲੇ ਦੁਆਲੇ, ਗੰਡੂ ਵਾਲੇ ਬਾਬਾ ਹੈ ਕੋਈ, ਪਤਾ ਨਹੀਂ ਕਿਹੜਾ ਬਾਬਾ ਇੱਥੇ। ਅਤੇ ਉਹ ਮੁੜ ਕੇ ਕਹਿੰਦਾ ਬਾਈ ਯਾਰ ਮੈਨੂੰ ਬਚਾਏ ਆਪਣੇ ਬਾਪੂ ਤੋਂ। ਮੈਂ ਕਿਹਾ ਇੰਨੀ ਛੇਤੀ ਡਰ ਗਏ ਤਾਂ ਮੈਂ ਐਕਸ਼ਨ ਨਹੀਂ ਕੀਤਾ, ਤੈਂ ਸਾਲਿਆ ਮੇਰਾ ਮੁੰਡਾ ਮਾਰਨਾ। ਮੈਂ ਕਿਹਾ ਚੁੱਪ ਕਰਕੇ ਡਾਕਟਰ ਕੋਲ ਜਾ, ਅਤੇ ਮੈਂ ਉਹਦੀ ਮਾਂ ਨੂੰ ਕਿਹਾ ਮੈਂ ਹੱਥ ਜੋੜਦਾ ਨਾ ਕੰਮ ਕਰ, ਤੇ ਡਾਕਟਰ ਨੇ ਇਲਾਜ ਕੀਤਾ ਤਾਂ ਮੁੰਡਾ ਆਪਣਾ ਠੀਕ ਹੋ ਗਿਆ ਤੁਹਾਡੀਆਂ ਦਵਾਵਾਂ। ਔਰ ਤੁਸੀਂ ਕਿਹੜੀ ਡਾਕਟਰ ਦੀ ਗੱਲਾਂ ਕਰਦੇ ਹੋ? ਇਹ ਤਾਂ ਡੇਰਿਆਂ ਦੇ ਵਿੱਚ ਜੀ PhD ਕਰੀ ਫਿਰਦੇ ਨੇ, MBBS ਬਣੇ ਫਿਰਦੇ ਨੇ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਕੋਈ ਨਹੀਂ ਟਾਈਮ ਆਉਣ ਵਾਲਾ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਕਹਿੰਦਾ ਐਂ ਕਰੋ ਵੀ ਇਹ ਮਸੰਦ ਨੇ ਨਾ ਇਕੱਠੇ ਕਰਕੇ ਜਿਉਂਦੇ ਛੱਡ ਦਿਉ, ਬੀਬੀਆਂ ਦੇ ਬੱਚਿਆਂ ਨੂੰ ਬਾਹਰ ਕੱਢ ਦਿਉ। ਬਿਲਕੁਲ ਇਹ ਗੱਲ ਹੋਣ ਵਾਲੀ ਹੈ, ਬੜੀ ਛੇਤੀ ਹੋਊਗੀ। ਅਜੇ ਢੰਡਰੀ ਵਾਲਾ ਵੀ ਕਹਿੰਦਾ ਸੀ ਲੈ ਬਾ ਗੁਰੂ ਤਾਂ ਸਾਡੇ ਵਰਗੇ ਆ, ਮੈਂ ਕਿਹਾ ਪੁੱਤ ਤੈਨੂੰ ਤੱਤੀ ਤਵੀ ਤੇ ਬਿਠਾਉਣਾ, ਬਿਠਾਊਂਗਾ ਜ਼ਰੂਰ ਜਿੱਦਣ ਤੂੰ ਮਿਲਿਆ, ਤੇ ਚੱਲ ਤੂੰ ਤੱਤੀ ਤਵੀ ਛੱਡ, ਤੂੰ ਗਰਮ ਤਵੇ ਤੇ ਉਂਗਲ ਰੱਖ ਕੇ ਦਿਖਾ ਦੇ ਤੂੰ ਗੱਲਾਂ ਕਰਦਾ। ਆਹ ਤਾਂ ਸਾਡੇ ਬਾਬਿਆਂ ਦਾ ਹਾਲ ਹੈ। ਹਜ਼ਾਰ ਸਾਲ ਦੀ ਗੁਲਾਮੀ ਭਾਜੀ ਰਹੀ ਇਸ ਦੇਸ਼ ਦੇ ਵਿੱਚ, ਹਜ਼ਾਰਾਂ ਸਾਲ ਦੀ, ਮੁਗਲ ਆਏ ਅੰਗਰੇਜ਼ ਆਏ, ਸ਼ੁਕਰ ਕਰੋ ਗੁਰੂਆਂ ਦਾ ਜਿਹੜੇ ਪੈਦਾ ਹੋਏ ਤੇ ਅੱਜ ਆਪਾਂ ਸੁੱਖ ਦਾ ਸਾਹ ਲੈਂਦੇ ਹਾਂ। ਫਿਕਰ ਨਾ ਕਰੋ, ਕਿਹੜੇ ਗੱਲਾਂ ਕਰਦੇ ਤੁਸੀਂ? ਥੈਂਕ ਯੂ। ਬਾਬਾ ਕੀ ਕਰ ਦੂਗਾ? ਮੈਂ ਤੁਹਾਨੂੰ ਬਾਬੇ ਦੀ ਗੱਲ ਦੱਸਦਾ, ਮੈਂ ਬਹੁਤ ਰਿਹਾ, ਮੈਂ ਬ੍ਰਾਹਮਣ ਆ ਜਿਹਦੇ ਕੋਲ ਬੜੀਆਂ ਕੁੰਡਲੀਆਂ। ਮੈਂ ਦੱਸੋ ਕਿੱਥੋਂ ਸ਼ੁਰੂ ਕਰਾਂ? ਇਹ ਸਾਰਿਆਂ ਨੂੰ ਜਾਣਦਾ ਵੀ ਇਹ ਕੀ ਕਰਦੇ ਨੇ, ਬਾਬੇ ਕਿਵੇਂ ਬਣੇ, ਕੀ ਗੱਲ ਹੋਈ ਇਹਨਾਂ ਦੇ। ਮਹਾਰਾਜ ਜੋ ਕਿਰਦਾਰ ਨੇ ਰਾਬੀ ਬਚਾਏ ਮੈਂ ਬਿਆਨ ਨਹੀਂ ਕਰ ਸਕਦਾ, ਮੇਰੀਆਂ ਧੀਆਂ ਭੈਣਾਂ ਬੈਠੀਆਂ। ਸੁਣੋ ਜਿਹੜੀ ਸਾਂਘਾ ਗੱਲ ਕਰਦਾ, ਗੱਲ ਬੜੀ ਵਧੀਆ ਕੀਤੀ ਹੈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਕਹਿੰਦੇ ਜਬ ਤੱਕ ਜੱਗ ਮੇ ਰਹੀਏ ਕੁਛ ਸੁਣੀਏ ਕੁਛ ਕਹੀਏ, ਤੇ ਜੇ ਤੁਸੀਂ ਨਹੀਂ ਕਹਿਣਾ ਤੇ ਤੁਹਾਡੀ ਆਪਦੀ ਮਰਜ਼ੀ, ਮੈਂ ਤਾਂ ਕਹਿਣਾ ਹੀ ਕਹਿਣਾ। Subscribe to One India channel and never miss an update.